वाहिगुरु जी का खालसा, वाहिगुरु जी की फतेह। सो गुरु प्यारे, गलबात अपा ने अज उस शहीद बारे करनी है जिन्हों 25,000 लावारस लाशां दा वारस आख्या जांदा। गल करनी है भाई जसवंत सिंह खालड़ा जी दे बारे। उन्हां नूं किद्दां चुकिया गया पुलिस वल्लों और उन्हां दी शहीदी दा रहस्य की है, ये दसांगे। और वीडियो शायद दो भागों च बने, मैं कोशिश करांगा कि इस वीडियो नूं एक भाग च मुका देवां, लेकिन जे वीडियो लंबी हुई तां इहदा दूजा भाग बनावांगे। सो वीडियो सारी नूं सुनना, ध्यान देना ते अग्गे जरूर शेयर करना। सो शुरू करते हां। 6 सितंबर 1995 दा दिन आम वांगू ही चढ़िया सी। भाई जसवंत सिंह जी ने रोज वांग अपने दोनों बच्चियां नूं स्कूल भेजण लई तैयार करन विच अपनी धर्म पत्नी बीबी परमजीत कौर दा हत्थ बटाया। उस वेले बेटी नवकिरन 10 सालां दी अते बेटा जनमीत सिंह जापी 8 सालां दे हो गए सन। बच्चियां नूं स्कूल भेज के बीबी परमजीत कौर आप भी काली दे विच तैयार हो के रोज वांग गुरु नानक देव यूनीवर्सिटी दे विच ड्यूटी ते हाजिर होण लई 9 बजे घरों पैदल चल पई सी। भाई जसवंत सिंह खालड़ा ने उसे वेले पानी वाली टूटी दे नाल पाइप जोड़ के घर दे गेट दे बाहर खड़ी कीती अपनी कार टाटा मोबाइल पिकअप, ये धोनी शुरू कर दिती सी। 9 बज के मसां 10 कु मिट्टी होए सन जदों चिट्टे रंग की एक सुजुकी मरुति वैन अचानक घर 8 कबीर पार्क के सामने आन खड़ी हुई। कुछ सकिंटा के वक्फे बाद ही एक चिट्टे रंग की मरुति जिप्सी होर आके एकदम खड़ी हो गई। इस तों पहला कि भाई जसवंत सिंह जी नूं कोई शक हुंदा, दोवें गड्डियां विचों 5-6 बंदे फुरती नाल छलां मार के बाहर निकले अते एकदम भाई जसवंत सिंह उत्ते झपट पए। ਉਹਨੂੰ ਝਟਪਟ ਧੂ ਕੇ ਵੈਨ ਵਿੱਚ ਸੁੱਟ ਲਿਆ ਅਤੇ ਅੱਖ ਦੇ ਫੋਰੇ ਵਿੱਚ ਹੀ ਗੱਡੀਆਂ ਭਜਾ ਕੇ ਚਲੇ ਗਏ। ਬਾਅਦ ਵਿੱਚ ਸਾਹਮਣੇ ਆਏ ਤੱਥਾਂ ਤੋਂ ਪਤਾ ਲੱਗਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗਵਾ ਕਰਕੇ ਲੈ ਜਾਣ ਵਾਲੇ ਕਾਤਲੀ ਗਰੋਹ ਦੇ ਵਿੱਚ 8 ਪੁਲਸੀਏ ਸ਼ਾਮਲ ਸਨ। ਅਸ਼ੋਕ ਕੁਮਾਰ ਉਸ ਸਮੇਂ ਭੀਖੀ ਪਿੰਡ ਵਿਖੇ DSP ਸੀ, ਸੁਰਿੰਦਰਪਾਲ ਸਿੰਘ ਸਰਹਾਲੀ ਥਾਣੇ ਦਾ SHO, ਸਤਨਾਮ ਸਿੰਘ ਝਬਾਲ ਥਾਣੇ ਦਾ SHO, ਜਸਵੀਰ ਸਿੰਘ ਮਾਨੋਚਾਲ ਥਾਣੇ ਦਾ SHO, ਪ੍ਰਿਥੀਪਾਲ ਸਿੰਘ ਮਾਨੋਚਾਲ ਥਾਣੇ ਦਾ ਹੌਲਦਾਰ, ਰਸ਼ਪਾਲ ਸਿੰਘ ਕੰਗ ਥਾਣੇ ਦਾ SHO ਤੇ ਸੁਰਿੰਦਰਪਾਲ ਸਿੰਘ SP ਤਰਨ ਤਾਰਨ, ਅਮਰਜੀਤ ਸਿੰਘ ASI, ਇਹ 8 ਖੂਨੀ ਦਰਿੰਦੇ ਸ਼ਾਮਲ ਸਨ ਇਸ ਸਾਜਿਸ਼ ਵਿੱਚ। ਬਾਅਦ ਵਿੱਚ CBI ਨੇ ਸਾਰੇ ਮਾਮਲੇ ਦੀ ਪੜਤਾਲ ਕਰਨ ਉਪਰੰਤ ਜਸਵੰਤ ਸਿੰਘ ਖਾਲੜਾ ਦੇ ਇੱਕ ਕਰੀਬੀ ਸਹਿਯੋਗੀ ਰਾਜੀਵ ਸਿੰਘ ਰੰਧਾਵਾ ਦੇ ਇਸ ਬਿਆਨ ਨੂੰ ਸਹੀ ਮੰਨ ਲਿਆ ਸੀ ਕਿ ਉਸ ਵੇਲੇ ਜਸਵੰਤ ਸਿੰਘ ਬਾਹਰ ਆਪਣੀ ਕਾਰ ਧੋ ਰਿਹਾ ਸੀ। ਉਸ ਵੇਲੇ ਉਹ ਅੰਦਰ ਡਾਇਨਿੰਗ ਰੂਮ ਦੇ ਵਿੱਚ ਬੈਠਾ ਰੁਟੀਨ ਮੁਤਾਬਕ ਅਖਬਾਰ ਪੜ੍ਹ ਰਿਹਾ ਸੀ ਤੇ ਉਹ ਗੇਟ ਉੱਤੇ ਹੋ ਰਹੀ ਖਿੱਚ ਧੂ ਦੀ ਆਵਾਜ਼ ਸੁਣ ਕੇ ਇੱਕਦਮ ਬਾਹਰ ਨਿਕਲ ਆਇਆ। ਉਦੋਂ ਤੱਕ ਭਾਈ ਖਾਲੜਾ ਨੂੰ ਬੈਨ ਵੀ ਸੁੱਟ ਲਿਆ ਗਿਆ ਸੀ। ਰਾਜੀਵ ਸਿੰਘ ਰੰਧਾਵਾ ਅੰਮ੍ਰਿਤਸਰ ਸ਼ਹਿਰ ਦਾ ਵਸਨੀਕ ਅਤੇ ਲੰਮੇ ਚਿਰ ਤੋਂ ਜਸਵੰਤ ਸਿੰਘ ਦਾ ਕਰੀਬੀ ਸਾਥੀ ਅਤੇ ਜਨਤਕ ਕਾਰਜਾਂ ਵਿੱਚ ਸਰਗਰਮ ਹੋਣ ਕਰਕੇ ਜ਼ਿਲ੍ਹੇ ਦੇ ਬਹੁਤ ਸਾਰੇ ਪੁਲਿਸ ਅਫਸਰਾਂ ਦਾ ਚਿਹਰਿਆਂ ਦਾ ਜਾਣੂ ਸੀ, ਜਿਹਦੇ ਕਰਕੇ ਉਹਨੇ ਕੁਝ ਪੁਲਿਸ ਅਫਸਰਾਂ ਨੂੰ ਝੱਟ ਪਛਾਣ ਲਿਆ ਸੀ। ਸਬੱਬ ਨਾਲ ਉਸੇ ਮਹੱਲੇ ਵਿੱਚ ਰਹਿੰਦਾ ਇੱਕ ਵਿਅਕਤੀ ਕਿਰਪਾਲ ਸਿੰਘ ਰੰਧਾਵਾ ਉਸ ਵੇਲੇ ਆਪਣੇ ਘਰ ਦੇ ਬਾਹਰ ਖੜਾ ਸੀ। ਉਹਨੇ 26 ਜਾਪਦੇ ਬੰਦਿਆਂ ਨੂੰ ਭਾਈ ਜਸਵੰਤ ਸਿੰਘ ਨੂੰ ਜੱਫਾ ਮਾਰ ਕੇ ਬੈਨ ਵਿੱਚ ਸੁੱਟਦੇ ਹੋਏ ਦੇਖ ਲਿਆ ਸੀ, ਜਿਸ ਤੋਂ ਉਹਨੂੰ ਸ਼ੱਕ ਹੋ ਗਿਆ ਤੇ ਉਹਨੇ ਸਾਰੀ ਸਰਗਰਮੀ ਨੂੰ ਗਹਿਰੇ ਧਿਆਨ ਨਾਲ ਮਨ 'ਚ ਅੰਕਿਤ ਕਰ ਲਿਆ ਸੀ। ਇਸ ਤਰ੍ਹਾਂ ਭਾਈ ਜਸਵੰਤ ਸਿੰਘ ਨੂੰ ਘਰੋਂ ਅਗਵਾ ਕਰਕੇ ਲਿਜਾਣ ਦੀ ਵਾਰਦਾਤ ਨੂੰ ਅੱਖੀਂ ਵੇਖਣ ਵਾਲੇ 2 ਮੌਕੇ ਦੇ ਗਵਾਹ ਮਿਲ ਗਏ ਸਨ। ਸੋ ਇਸ ਵਾਰਦਾਤ ਦੀ ਖਬਰ ਪਲਾਂ ਵਿੱਚ ਹੀ ਆਲੇ ਦੁਆਲੇ ਫੈਲ ਗਈ। ਬੀਬੀ ਪਰਮਜੀਤ ਕੌਰ ਅਤੇ ਜਸਵੰਤ ਸਿੰਘ ਦੇ ਸਾਥੀਆਂ ਨੂੰ ਉਸੇ ਵੇਲੇ ਸੁਨੇਹੇ ਲੱਗ ਗਏ ਸਨ। ਬਲਵਿੰਦਰ ਸਿੰਘ ਝਬਾਲ ਉਹ ਦਿਨ ਸਵੇਰੇ ਚੰਡੀਗੜ੍ਹ ਹਾਈ ਕੋਰਟ ਵਿੱਚ ਤਰੀਕ ਤੇ ਪਹੁੰਚਣ ਲਈ ਅੰਮ੍ਰਿਤਸਰ ਤੋਂ ਚੱਲਿਆ ਸੀ। ਉਹਨੇ ਤੁਰਨ ਤੋਂ ਪਹਿਲਾਂ ਭਾਈ ਖਾਲੜਾ ਨੂੰ ਫੋਨ ਕਰਕੇ ਪੁੱਛਿਆ ਸੀ ਕਿ ਚੰਡੀਗੜ੍ਹ ਕੋਈ ਖਾਸ ਸੁਨੇਹਾ ਦੇਣਾ ਹੈ ਤਾਂ ਦੱਸੋ। ਤਾਂ ਭਾਈ ਖਾਲੜਾ ਨੇ ਕਿਹਾ ਸੀ ਕਿ ਐਡਵੋਕੇਟ ਨਵਕਿਰਨ ਸਿੰਘ ਕੋਲ ਪੁਲਿਸ ਤੋਂ ਮੇਰੀ ਜਾਨ ਨੂੰ ਖਤਰੇ ਬਾਰੇ ਹਾਈ ਕੋਰਟ 'ਚ ਪਾਉਣ ਲਈ ਰਿਟ ਪਟੀਸ਼ਨ ਤਿਆਰ ਕੀਤੀ ਪਈ ਹੈ, ਉਹਨੂੰ ਕਹਿਣਾ ਇਹਨੂੰ ਜਲਦੀ ਦਾਇਰ ਕਰ ਦੇਵੇ। ਤਾਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਸਿੱਧਾ ਹਾਈ ਕੋਰਟ ਨਵਕਿਰਨ ਸਿੰਘ ਕੋਲ ਪਹੁੰਚਿਆ ਤਾਂ ਉਸ ਕੋਲ ਪਹਿਲਾਂ ਹੀ ਜਸਪਾਲ ਸਿੰਘ ਢਿੱਲੋਂ ਅਤੇ ਅਮਰੀਕ ਸਿੰਘ ਮੁਕਤਸਰ ਬੈਠੇ ਸਨ। ਉਹਨਾਂ ਨੇ ਦੱਸਿਆ ਕਿ ਅੱਜ ਸਵੇਰੇ 9:30 ਵਜੇ ਦੇ ਕਰੀਬ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵਾਲੇ ਘਰੋਂ ਚੁੱਕ ਕੇ ਲੈ ਗਏ ਨੇ। ਉਹਨਾਂ ਨੇ ਉੱਥੇ ਬੈਠਿਆਂ ਹੀ ਰਿਟ ਪਟੀਸ਼ਨਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਤਰ੍ਹਾਂ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਉਹਦੀ ਜਾਨ ਨੂੰ ਬਚਾਉਣ ਲਈ ਉਹਦੇ ਸਹਿਯੋਗੀਆਂ ਅਤੇ ਸ਼ੁਭ ਚਿੰਤਕਾਂ ਨੇ
फुर्ती नाल सरगर्मियां विड़ दित्तियां सन। उन्होंने कानूनी चाराजोई दे नालों नाल उसे वेले सियासी उपराले जटाने भी शुरू करते। सरदार जसपाल सिंह ढिल्लों ने जथेदार गुरचरण सिंह टौड़ा नूं नाल लैके सरदार हरचरण सिंह बराड़ जिहड़ा बेअंत सिंह दी मौत तों बाद मुख्यमंत्री दे अहुदे ते विराजमान होया सी इहदा दरवाजा जा खड़काया। पर उस वेले केंद्र सरकार दी छह उत्ते पंजाब पुलिस दे उच्च अफसरां नूं इन्ने वसी अधिकार मिले हुए सन कि वह केंद्रीय हाकमां दे इशारे तो बिना ही पंजाब दे सियासी लीडरां दी घट ही परवाह करदे सन। जिहदे करके हरचरण सिंह बराड़ ने यह कहिंदिआं एक तरह नाल अपनी बेवसी प्रगटा दित्ती सी कि तुसीं हुण लेट हो गए हो। जसवंत सिंह ढिल्लों ने दस्सिआ कि वह गुस्से अते बेवसी विच अमरीक सिंह मुकतसर नूं कार विच अपने नाल लैके सीधा अजीत सिंह संधू दे चंडीगढ़ सैक्टर 18 दे वाले घर विच चला गया। उन्हें कार संधु के घर नूं घर तों दूर सड़क के किनारे खड़ी की अते अमरीक सिंह मुकतसर नूं कार विच ही बैठे रहने की हिदायत दे के वह आप संधु के घर मूहरे जा खड़ा होया। उन्हों ये देख के भारी हैरानी हुई कि उस वेले अजीत सिंह संधु के घर के अखंड पाठ साहब का पाठ चल रहा सी। शायद उन्हें अपने वैशी कारे उत्ते पर्दा पाउण लई ही अखंड पाठ साहब विच रुझे होण दा दिखावा करन लई इह ढोंग रचिया सी। जसपाल सिंह ढिल्लों नूं जदों गेट ते खड़े पुलिस वालियां ने अंदर जाण तों रोकण दा यतन कीता तां उहदी उहनां दे नाल तूं तूं मैं मैं हो गई। तां बाहर हो रहा यह हल्ला गुला सुन के अजीत सिंह संधू बाहर बरांडे च निकल आया। जसपाल सिंह ढिल्लों ने उन्हों दूरों ही अपना नाउं दस्या अते नाल ही ठा करदा यह सवाल कर दिता कि खलड़ा दस किथे रखिया होया। तां अजीत सिंह संधू अचानक होए इस सवाल नूं सुन के एक वार तां ठठंबर गया सी, पर छेती ही संभल के उन्हें काड़ी नाल इको ही वाक बोलिया कि सानू खलड़े का कोई पता नहीं। तां उहदी इस ढीट थाई ने जसपाल सिंह ढिल्लों नूं होर गुस्सा चढ़ाता अते उन्हें कड़कमी आवाज च कहा कि संधू मैं खलड़ा तेरे हड्डां चों कढ़णा। तां इह शब्दी गोला दाग के जसपाल सिंह तेज कदमी नाल वापस अपनी कार विच जा बैठा अते फिर पलां विच ही उहदी कार उसनूं घूर रहीआं पुलिस दीआं नज़रां तों ओले हो गई सी। तां लंमी अते मुश्किलां भरी कानूनी लड़ाई दी जे आपां हुण गल करिए तां 9 सितंबर नूं बीबी खलड़ा ने पुलिस वल्लों जसवंत सिंह नूं गैर कानूनी ढंग नाल अगवा करन ते उहदी गैर कानूनी हिरासत तों रिहाई वास्ते सुप्रीम कोर्ट विच रिट पटीशन कह लईए वी नंबर 497 ऑफ 1995 ਇਹ ਪਾਰਟੀ। ਇਹਦੇ ਵਿੱਚ ਅਜੀਤ ਸਿੰਘ ਸੰਧੂ ਨੂੰ ਸਿੱਧੇ ਰੂਪ 'ਚ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ। ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਹਿੰਮਤ ਕਰਕੇ ਹਾਈ ਕੋਰਟ ਵੱਲੋਂ ਵਾਰੰਟ ਅਫਸਰ ਭੇਜ ਕੇ ਜਸਵੰਤ ਸਿੰਘ ਖਾਲੜਾ ਦੀ ਪੁਲਿਸ ਹਿਰਾਸਤ ਵਿੱਚ ਨਿਸ਼ਾਨਦੇਹੀ ਕਰਨ ਦਾ ਆਰਡਰ ਕਰਵਾ ਲਿਆ ਸੀ। ਤਾਂ ਵਾਰੰਟ ਅਫਸਰ ਨੇ ਝਵਾਰ ਦੇ ਸਰਹਾਲੀ ਦੇ ਥਾਣਿਆਂ ਵਿੱਚ ਛਾਪੇ ਮਾਰੇ, ਪਰ ਪੁਲਿਸ ਨੂੰ ਆਪਣੇ ਹਾਈ ਕੋਰਟ ਅੰਦਰਲੇ ਸੂਤਰਾਂ ਰਾਹੀਂ ਵਾਰੰਟ ਅਫਸਰ ਦੇ ਆਉਣ ਦੀ ਸੂਹ ਮਿਲ ਗਈ ਸੀ, ਜਿਸ ਕਰਕੇ ਵਾਰੰਟ ਅਫਸਰ ਨੂੰ ਖਾਲੀ ਹੱਥੀਂ ਵਾਪਸ ਮੁੜਨਾ ਪਿਆ। 15 ਨਵੰਬਰ 1995 ਨੂੰ ਸੁਪਰੀਮ ਕੋਰਟ ਨੇ CBI ਨੂੰ ਜਸਵੰਤ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਦੀ ਅਤੇ ਨਾਲ ਹੀ ਖਾਲੜੇ ਵੱਲੋਂ ਅਣਪਛਾਤੀਆਂ ਅਤੇ ਲਾਵਾਰਸ ਕਹਿ ਕੇ ਸਾੜੀਆਂ ਲਾਸ਼ਾਂ ਬਾਰੇ ਜਾਰੀ ਕੀਤੀ ਰਿਪੋਰਟ ਵਿੱਚ ਲਾਏ ਦੋਸ਼ਾਂ ਬਾਰੇ ਵੀ ਜਾਂਚ ਪੜਤਾਲ ਕਰਨ ਦੇ ਆਦੇਸ਼ ਦਿੱਤੇ। ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਦੇ DGP ਸਮੇਤ ਸਾਰੇ ਸੰਬੰਧਿਤ ਪੁਲਿਸ ਅਫਸਰਾਂ, ਹੋਮ ਸੈਕਟਰੀ ਅਤੇ ਮੁੱਖ ਸੈਕਟਰੀ ਨੂੰ ਨਿਰਦੇਸ਼ ਦਿੱਤੇ ਕਿ CBI ਨੂੰ ਹਰ ਲੋੜੀਂਦੀ ਮਦਦ ਮੁਹੱਈਆ ਕੀਤੀ ਜਾਵੇ। 30 ਅਕਤੂਬਰ 1996 ਨੂੰ CBI ਨੇ ਪਟਿਆਲਾ ਵਿਖੇ ਮੈਜਿਸਟਰੇਟ ਅੱਗੇ ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਦੇ 9 ਅਫਸਰਾਂ ਦੇ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ, ਜਿਨ੍ਹਾਂ 'ਚ ਤਰਨ ਤਾਰਨ ਦੇ SSP ਸਮੇਤ 2 DSP, 4 SHO ਅਤੇ 1 ASI ਅਤੇ 1 ਹੌਲਦਾਰ ਸ਼ਾਮਲ ਸਨ। ਹੈਰਾਨੀ ਦੀ ਗੱਲ ਇਹ ਹੈ ਕਿ CBI ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਿਨਾਂ ਹੀ ਆਪਣੀ ਜਾਂਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਸੀ। 12 ਦਸੰਬਰ 1996 ਨੂੰ ਸੁਪਰੀਮ ਕੋਰਟ ਨੇ CBI ਨੂੰ ਹਦਾਇਤ ਕੀਤੀ ਕਿ ਉਹ ਇਹਨਾਂ ਕੇਸਾਂ ਦੀ ਨਿਸ਼ਾਨਦੇਹੀ ਕਰੇ ਜਿਨ੍ਹਾਂ ਬਾਰੇ ਉਹ ਜਸਵੰਤ ਸਿੰਘ ਖਲੜਾ ਦੁਆਰਾ ਲਾਏ ਗਏ ਦੋਸ਼ਾਂ ਬਾਰੇ ਕੀਤੀ ਗਈ ਜਾਂਚ ਦੇ ਆਧਾਰ ਤੇ ਕੇਸ ਦਾਇਰ ਕਰਨ ਦੀ ਲੋੜ ਮਹਿਸੂਸ ਕਰਦੀ ਹੈ। ਤਾਂ 28 ਅਪ੍ਰੈਲ 1998 ਨੂੰ CBI ਦੇ ਮੈਜਿਸਟਰੇਟ ਪਟਿਆਲਾ ਨੇ ਮੁਕੱਦਮਾ ਸੈਸ਼ਨ ਜੱਜ ਦੀ ਕਚਹਿਰੀ ਦੇ ਸਪੁਰਦ ਕਰਤਾ। 22 ਜੁਲਾਈ 1998 ਨੂੰ ਦੋਸ਼ੀਆਂ ਉੱਤੇ ਜੋ ਧਾਰਾਵਾਂ ਲਾਈਆਂ ਗਈਆਂ 302, 364, 120B ਅਤੇ 201 IPC ਇਹ ਧਾਰਾ ਲਾਈਆਂ ਗਈਆਂ। CBI ਨੇ
ਭਾਈ ਖਾਲੜਾ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਅਖੀਰ ਵਿੱਚ ਜਾਨੋਂ ਖਤਮ ਕਰ ਦੇਣ ਦੇ ਚਸ਼ਮਦੀਦ ਗਵਾਹ ਕੁਲਦੀਪ ਸਿੰਘ ਬੱਚੜੇ ਨੂੰ ਗਵਾਹੀ ਬਣਾਉਣ ਤੋਂ ਇਨਕਾਰ ਕਰ ਦਿੱਤਾ। 9 ਅਕਤੂਬਰ 2004 ਨੂੰ ਸੈਸ਼ਨ ਜੱਜ ਨੇ CBI ਨੂੰ ਕੁਲਦੀਪ ਸਿੰਘ ਨੂੰ ਗਵਾਹ ਬਣਾਉਣ ਲਈ ਹਦਾਇਤ ਜਾਰੀ ਕੀਤੀ। 20 ਅਗਸਤ 2004 ਨੂੰ ਹਾਈ ਕੋਰਟ ਨੇ ਮੁਕੱਦਮੇ ਦੀ ਕਾਰਵਾਈ ਨੂੰ ਬੇਵਜ੍ਹਾ ਲਮਕਾਏ ਜਾਣ ਦਾ ਤਿੱਖਾ ਨੋਟਿਸ ਲੈਂਦਿਆਂ ਸੈਸ਼ਨ ਕੋਰਟ ਨੂੰ 6 ਮਹੀਨਿਆਂ ਦੇ ਅੰਦਰ ਮੁਕੱਦਮਾ ਨਿਬੇੜਨ ਦੀ ਹਦਾਇਤ ਕੀਤੀ, ਪਰ ਉਸ ਤੋਂ ਬਾਅਦ ਵੀ ਸੈਸ਼ਨ ਕੋਰਟ ਨੇ ਮੁਕੱਦਮਾ ਨਿਬੇੜਨ ਦੇ ਵਿੱਚ 1.5 ਸਾਲ ਲਾ ਦਿੱਤਾ। 18 ਨਵੰਬਰ 2005 ਨੂੰ ਪਟਿਆਲਾ ਦੇ ਵਧੀਕ ਜੱਜ ਭੁਪਿੰਦਰ ਸਿੰਘ ਨੇ 9 ਵਿੱਚੋਂ 6 ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ। ਸਿਰਫ 2 ਨੂੰ ਹੀ ਉਮਰ ਕੈਦ ਹੋਈ ਕਿਉਂਕਿ ਬਾਕੀ 6 ਉੱਤੇ IPC ਦੀ ਧਾਰਾ 364 ਅਧੀਨ ਹੀ ਮੁਕੱਦਮਾ ਦਰਜ ਹੋਇਆ ਸੀ। ਉਹ ਇਸ ਕਾਨੂੰਨੀ ਉਕਾਈ ਦਾ ਲਾਭ ਲੈਣ 'ਚ ਸਫਲ ਹੋ ਗਏ। ਉਹਨਾਂ ਨੂੰ ਭਾਈ ਖਰੜਾ ਨੂੰ ਮਾਰਨ ਦੇ ਇਰਾਦੇ ਨਾਲ ਅਗਵਾਹ ਕਰਨ ਦੇ ਦੋਸ਼ ਵਿੱਚ ਸਿਰਫ 7-7 ਸਾਲਾਂ ਦੀ ਸਜ਼ਾ ਦਿੱਤੀ ਗਈ। ਇੱਕ ਦੋਸ਼ੀ DSP ਅਸ਼ੋਕ ਕੁਮਾਰ ਦੀ ਮੁਕੱਦਮੇ ਦਾ ਨਿਬੇੜਾ ਹੋਣ ਤੋਂ ਪਹਿਲਾਂ ਹੀ ਦਿਲ ਫੇਲ ਹੋ ਜਾਣ ਕਾਰਨ ਮੌਤ ਹੋ ਗਈ ਸੀ। 8 ਅਕਤੂਬਰ 2007 ਨੂੰ ਹਾਈ ਕੋਰਟ ਨੇ ਦੋਸ਼ੀਆਂ ਵੱਲੋਂ ਸਜ਼ਾਵਾਂ ਵਿਰੁੱਧ ਕੀਤੀ ਅਪੀਲ ਨਾ ਸਿਰਫ ਰੱਦ ਕੀਤੀ ਸਗੋਂ 5 ਦੋਸ਼ੀਆਂ ਦੀ ਸਜ਼ਾ ਵਧਾ ਕੇ ਉਮਰ ਕੈਦ ਕਰਤੀ, ਪਰ 6ਵੇਂ ਦੋਸ਼ੀ ਨੂੰ ਬਰੀ ਕਰਤਾ ਸੀ। 4 ਨਵੰਬਰ 2011 ਨੂੰ ਸੁਪਰੀਮ ਕੋਰਟ ਨੇ 5 ਦੋਸ਼ੀਆਂ ਦੀ ਉਮਰ ਕੈਦੀ ਸਜ਼ਾ ਘਟਾਉਣ ਦੀ ਅਪੀਲ ਖਾਰਜ ਕੀਤੀ ਅਤੇ ਇਹਦੇ ਨਾਲ ਹੀ 16 ਸਾਲਾਂ ਤੱਕ ਚੱਲੀ ਅਦਾਲਤੀ ਕਾਰਵਾਈ ਦਾ ਅੰਤ ਹੋ ਗਿਆ ਸੀ। ਪਰ ਇਸ ਅਦਾਲਤੀ ਕਾਰਵਾਈ ਦੌਰਾਨ ਸਮਾਜ ਅੰਦਰ ਅਮਨ ਕਾਨੂੰਨ ਦੀ ਰਾਖੀ ਕਰਨ ਲਈ ਬਣੀਆਂ ਦੱਸੀਆਂ ਜਾਂਦੀਆਂ ਸੰਸਥਾਵਾਂ ਜਿਹੜੀਆਂ ਪੁਲਿਸ ਤੰਤਰ, ਦੋਸ਼ਾਂ ਦੀ ਨਿਰਪੱਖ ਜਾਂਚ ਕਰਨ ਵਾਲੀਆਂ ਸਰਕਾਰੀ ਏਜੰਸੀਆਂ CBI ਅਤੇ ਨਿਆਂ ਦੇਣ ਵਾਲੀਆਂ ਰੱਬ ਦਾ ਰੂਹ ਸਮਝੀਆਂ ਅਤੇ ਕਹੀਆਂ ਜਾਂਦੀਆਂ ਅਦਾਲਤਾਂ ਦੇ ਅਸਲੀ ਚਿਹਰੇ ਵੀ ਪੂਰੀ ਤਰ੍ਹਾਂ ਬੇਨਕਾਬ ਹੋਏ। ਮੁਕੱਦਮੇ ਦੇ ਸਾਰੇ ਅਮਲ ਦੌਰਾਨ ਪੁਲਿਸ ਨੇ ਗਵਾਹਾਂ ਉੱਤੇ ਭਾਰੀ ਦਬਾਅ ਪਾਇਆ, ਉਹਨਾਂ ਨੂੰ ਧਮਕੀਆਂ ਦਿੱਤੀਆਂ, ਲਾਲਚ ਦਿੱਤੇ, ਉਹਨਾਂ ਉੱਤੇ ਝੂਠੇ ਦੋਸ਼ ਲਾ ਕੇ ਕੇਸ ਦਰਜ ਕੀਤੇ। ਭਾਈ ਖਾਲੜਾ ਨੂੰ ਪੁਲਿਸ ਵੱਲੋਂ ਘਰੋਂ ਅਗਵਾਹ ਕਰਨ ਦੇ ਦੋਨੋਂ ਚਸ਼ਮਦੀਦ ਗਵਾਹਾਂ ਨੂੰ ਪੁਲਿਸ ਨੇ ਗਵਾਹੀਆਂ ਦੇਣ ਤੋਂ ਰੋਕਣ ਲਈ ਪੂਰਾ ਜ਼ੋਰ ਲਾ ਦਿੱਤਾ ਸੀ। ਕਿਰਪਾਲ ਸਿੰਘ ਰੰਧਾਵਾ ਉੱਤੇ ਬਲਾਤਕਾਰ ਦਾ ਝੂਠਾ ਕੇਸ ਪਾਇਆ ਗਿਆ। ਰਣਜੀਤ ਸਿੰਘ ਰੰਧਾਵਾ ਨੂੰ ਦਿਨ ਦਿਹਾੜੇ ਬਾਜ਼ਾਰ 'ਚੋਂ ਅਗਵਾਹ ਕਰਕੇ ਉਹਦੇ ਉੱਤੇ ਤਸ਼ੱਦਦ ਕੀਤਾ ਗਿਆ। ਪੁਲਿਸ ਦੇ ਇਹਨਾਂ ਹੱਥ ਕੰਡਿਆਂ ਕਰਕੇ ਕੁਝ ਗਵਾਹ ਡਾਵਾਂਡੋਲ ਹੁੰਦੇ ਤੇ ਥਿੜਕਦੇ ਰਹੇ। ਇੱਕ ਅਹਿਮ ਗਵਾਹ ਕਿੱਕਰ ਸਿੰਘ ਐਨ ਮੌਕੇ ਤੇ ਜਾ ਕੇ ਧੋਖਾ ਦੇ ਗਿਆ, ਪਰ ਕਿਰਪਾਲ ਸਿੰਘ ਰੰਧਾਵਾ ਅਤੇ ਰਾਜੀਵ ਸਿੰਘ ਰੰਧਾਵਾ ਨੇ ਅਖੀਰ 'ਚ ਜਾ ਕੇ ਪੁਲਿਸ ਦੇ ਸਾਰੇ ਹੱਥ ਕੰਡਿਆਂ ਦੇ ਬਾਵਜੂਦ ਗਵਾਹੀਆਂ ਦੇ ਦਿੱਤੀਆਂ। ਇਹਨਾਂ ਗਵਾਹੀਆਂ ਕਰਕੇ ਹੀ ਭਾਈ ਖਾਲੜਾ ਨੂੰ ਅਗਵਾਹ ਕਰਨ ਦੇ ਦੋਸ਼ ਵਿੱਚ 6 ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ, ਪਰ ਗਵਾਹਾਂ ਦੀ ਕਮਜ਼ੋਰੀ ਕਰਕੇ ਕੁਝ ਹਥਿਆਰੇ ਸੁੱਕੇ ਵੱਜ ਨਿਕਲੇ। CBI ਦੇ ਸਰਕਾਰੀ ਵਕੀਲਾਂ ਨੇ ਵੀ ਮੁਕੱਦਮੇ ਨੂੰ ਢਾਹ ਲਾਉਣ ਵਿੱਚ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੀ। ਗਵਾਹਾਂ ਉੱਤੇ ਦਬਾਅ ਪਾਉਣ ਤੋਂ ਇਲਾਵਾ ਪੁਲਿਸ ਨੇ ਸਾਰੇ ਸਮੇਂ ਦੌਰਾਨ ਮੁਕੱਦਮੇ ਦੀ ਪੈਰਵਾਈ ਕਰਨ ਵਾਲੇ ਵਰਕਰਾਂ ਨੂੰ ਬੇਦਿਲ ਕਰਨ ਦੇ ਮੰਤਵ ਨਾਲ ਲਗਾਤਾਰ ਤੰਗ ਪਰੇਸ਼ਾਨ ਕਰਨਾ ਜਾਰੀ ਰੱਖਿਆ। ਕਦੇ ਅਦਾਲਤਾਂ ਦੇ ਬਾਹਰ ਖੜੀਆਂ ਉਹਨਾਂ ਦੀਆਂ ਗੱਡੀਆਂ ਦੇ ਟਾਇਰ ਪੈਂਚਰ ਕੀਤੇ ਗਏ, ਕਦੇ ਨਾਕਿਆਂ ਉੱਤੇ ਬੇਵਜ੍ਹਾ ਘੰਟਿਆਂ ਬੱਧੀ ਰੋਕੀ ਰੱਖਿਆ ਤੇ ਕਦੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰ ਇੰਨੀਆਂ ਵਿਪਰੀਤ ਹਾਲਾਤਾਂ ਦੇ ਬਾਵਜੂਦ ਜੇਕਰ ਫਿਰ ਵੀ ਅੰਤ ਵੀ ਦੋਸ਼ੀਆਂ ਨੂੰ ਜੇਲ੍ਹਾਂ ਦੀ ਹਵਾ ਖਾਣੀ ਪੈ ਗਈ ਤਾਂ ਇਹਦਾ ਸਿਹਰਾ ਪੀੜਤ ਧਿਰ ਦੇ ਵਕੀਲਾਂ ਸਰਦਾਰ ਰਾਜਵਿੰਦਰ ਸਿੰਘ ਬੈਂਸ ਅਤੇ ਬਰਜਿੰਦਰ ਸਿੰਘ ਸੋਢੀ ਤੇ ਭਾਈ ਜਵਾਨ ਸਿੰਘ ਖਾਲੜਾ ਦੇ ਵਫ਼ਾਦਾਰ ਸਾਥੀਆਂ ਦੇ ਸਿਰ ਵੱਜਦਾ ਹੈ। ਸਰਦਾਰ ਰਾਜਵਿੰਦਰ ਸਿੰਘ ਬੈਂਸ ਵੱਲੋਂ ਦਿਖਾਈ ਗਈ ਪੇਸ਼ਾਵਾਰਾਨਾ ਲਿਆਕਤ, ਅਡੋਲਤਾ ਅਤੇ ਅਣਥੱਕ ਘਾਲਣਾ ਦਾ ਇਸ ਜਿੱਤ ਵਿੱਚ ਖਾਸ ਤੌਰ ਤੇ ਵੱਡਾ ਯੋਗਦਾਨ ਹੈ। ਇਸੇ ਹੀ ਤਰ੍ਹਾਂ ਭਾਈ ਜਸਵੰਤ ਸਿੰਘ ਦੇ ਸਾਥੀ ਵਰਕਰਾਂ ਨੇ ਆਪਣੇ ਮਹਿਬੂਬ ਆਗੂ ਦੇ ਪ੍ਰਤੀ ਪਿਆਰ ਅਤੇ ਵਫ਼ਾਦਾਰੀ ਦੇ ਜਜ਼ਬੇ ਤਹਿਤ ਜਿੰਨੀ ਬਹਾਦਰੀ ਅਤੇ ਸਿਦਕ ਦਿਲੀ ਦਿਖਾਈ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਉਹਨਾਂ ਨੇ ਫਰਵਰੀ 1996 ਦੇ ਵਿੱਚ ਉਚੇਚੇ ਤੌਰ ਤੇ ਖਾਲੜਾ ਐਕਸ਼ਨ ਕਮੇਟੀ ਬਣਾ ਕੇ ਹਥਿਆਰਿਆਂ ਨੂੰ ਸਜ਼ਾਵਾਂ ਦਿਵਾਉਣ ਦਾ ਤਹੀਆ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਲਗਾਤਾਰ 15 ਸਾਲਾਂ ਤੱਕ ਦਿਨ ਰਾਤ ਇੱਕ ਕਰੀ ਰੱਖਿਆ, ਜਿਹਦੇ ਸਦਕਾ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦੀ ਚਰਚਾ ਪੰਜਾਬ ਦੇ ਦੂਰ ਦੁਰਾਡੇ ਪਿੰਡਾਂ ਦੇ ਗਰੀਬ ਲੋਕਾਂ ਤੋਂ ਲੈ ਕੇ ਦੇਸ਼ ਦੇ ਧਨਾੜ ਅਤੇ ਰਸੂਖਵਾਨ ਸਿੱਖਾਂ ਤੱਕ ਅਤੇ ਦੇਸ਼ਾਂ ਦੀਆਂ ਹੱਦਾਂ ਨੂੰ ਲੰਘ ਕੇ ਸਾਰੇ ਸੰਸਾਰ ਦੇ ਜਮਹੂਰੀਅਤ ਪਸੰਦ ਅਤੇ ਮਾਨਵਵਾਦੀ ਹਲਕਿਆਂ ਤੱਕ ਪਹੁੰਚ ਗਈ ਹੈ। ਸੋ ਇਸ ਸਾਰੇ ਅਰਸੇ ਦੌਰਾਨ ਭਾਈ ਜਸਵੰਤ ਸਿੰਘ ਦੇ ਬਜ਼ੁਰਗ ਮਾਪਿਆਂ ਵੱਲੋਂ ਮੁਕੱਦਮੇ ਦੀ ਪੈਰਵਾਈ ਕਰਨ ਵਾਲੇ ਵਰਕਰਾਂ ਨੂੰ ਲਗਾਤਾਰ ਦਿੱਤੇ ਜਾਂਦੇ ਰਹੇ ਆਸ਼ੀਰਵਾਦ ਤੇ ਹੌਸਲੇ ਨੇ ਉਹਨਾਂ ਦੇ ਜੋਸ਼ ਨੂੰ ਲਗਾਤਾਰ ਮਗਦਾ ਰੱਖਣ ਵਿੱਚ ਬੇਹੱਦ ਅਹਿਮ ਰੋਲ ਨਿਭਾਇਆ। ਭਾਈ ਖਾਲੜਾ ਦੇ ਕਾਤਲਾਂ ਨੂੰ ਸੁਣਾਈਆਂ ਗਈਆਂ ਸਜ਼ਾਵਾਂ ਦੀ
ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਵੱਲੋਂ ਪੁਸ਼ਟੀ ਕਰ ਦੇਣ ਨਾਲ ਸਰਕਾਰਾਂ ਵੱਲੋਂ 15 ਸਾਲ ਤੱਕ ਲਗਾਤਾਰ ਬੋਲੇ ਜਾਂਦੇ ਝੂਠ ਨੰਗੇ ਹੋ ਗਏ। UNO ਦਾ ਦੁਨੀਆ ਵਿੱਚ ਸਰਕਾਰਾਂ ਵੱਲੋਂ ਲਾਪਤਾ ਕੀਤੇ ਗਏ ਬੰਦਿਆਂ ਬਾਰੇ ਜਾਂਚ ਕਰਨ ਲਈ ਇੱਕ ਵਰਕਿੰਗ ਗਰੁੱਪ ਬਣਾਇਆ ਗਿਆ। ਸੋ ਵਰਕਿੰਗ ਗਰੁੱਪ ਇਹ ਕੰਮ ਹੁਣ ਵੀ ਬਣਿਆ ਹੋਇਆ ਤੇ ਕੰਮ ਵੀ ਕਰਦਾ ਹੋ ਤਾਂ ਜਿਹਨੇ ਭਾਰਤ ਸਰਕਾਰ ਕੋਲੋਂ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗਵਾਹ ਕਰਕੇ ਲਾਪਤਾ ਕੀਤੇ ਜਾਣ ਬਾਰੇ ਲਿਖਤੀ ਜਵਾਬ ਮੰਗਿਆ ਸੀ। ਭਾਰਤ ਸਰਕਾਰ ਨੇ ਇਹਦਾ ਜਵਾਬ ਦਿੱਤਾ ਸੀ UNO ਨੂੰ। ਉਹ ਇਹ ਜਵਾਬ ਸੀ ਕਿ ਰਾਜ ਸਰਕਾਰ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ, ਨਾ ਉਸਨੂੰ ਰਾਜ ਦੇ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸੋ ਇਸ ਤੋਂ ਭਾਰਤੀ ਹਾਕਮਾਂ ਦੀ ਨੈਤਿਕਤਾ ਦੀ ਅਸਲੀਅਤ ਪ੍ਰਗਟ ਹੋ ਜਾਂਦੀ ਹੈ। ਝੂਠ ਬੋਲਿਆ UNO ਕੋਲ ਵੀ ਇਹਨਾਂ ਨੇ, ਹਾਂਜੀ। ਸੋ ਇਹ ਹੁਣ ਤੱਕ ਦੀ ਵੀਡੀਓ ਹੈ। ਹੁਣ ਆਪਾਂ ਦੱਸਾਂਗੇ ਤੁਹਾਨੂੰ ਅੱਗੇ ਭਾਈ ਖਰੜਾ ਦੀ ਸ਼ਹਾਦਤ ਦਾ ਰਹੱਸ ਕੀ ਹੈ, ਸਾਰੀ ਮੇਨ ਗੱਲਬਾਤ ਕੀ ਹੈ, ਠੀਕ ਹੈ ਜੀ। ਸੋ ਮਿਲਾਂਗੇ ਅਗਲੇ ਭਾਗ ਦੇ ਵਿੱਚ, ਉਦੋਂ ਤੱਕ ਦਿਓ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।